ਪਿੰਡ ਬਾਦਲ ਦੇ ਲੋਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਨਮ ਅੱਖਾਂ ਨਾਲ ਕਰ ਰਹੀ ਯਾਦ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ਨਾਲ ਪੰਜਾਬ ਅਤੇ ਪੰਜਾਬ ਦੀ ਸਿਆਸਤ ਨੂੰ ਵੱਡਾ ਘਾਟਾ ਪਿਆ ਹੈ, ਜਿਸ ਕਾਰਨ ਜਿੱਥੇ ਲੋਕਾਂ ਦੇ ਨਿੱਜੀ ਵਿਚਾਰ ਸਾਹਮਣੇ ਆ ਰਹੇ ਹਨ, ਉੱਥੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਦੇ ਵਾਸੀ ਦੁੱਖ ਵਿੱਚ ਡੁੱਬੇ ਹੋਏ ਹਨ ਅਤੇ ਨਮ ਅੱਖਾਂ ਨਾਲ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਯਾਦ ਕਰਦੇ ਹੋਏ ਪਿੰਡ ਬਾਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਜੀ ਦੇ ਅੰਤਿਮ ਸੰਸਕਾਰ ਦੇ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਅੱਜ ਬਾਦਲ ਸਾਹਿਬ ਜੋ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ, ਦੇਖੋ ਜੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਦੇ ਸਰਪੰਚ ਬਣੇ ਆ ਬਾਦਲ ਪਿੰਡ ਦੇ ਆਜ਼ਾਦੀ ਤੋਂ ਲੈ ਕੇ ਅਤੇ ਅੱਜ ਤੱਕ ਲੋਕਾਂ ਦੇ ਹਰਮਨ ਪਿਆਰੇ ਨੇਤਾ ਸੀ, ਐਂਡ ਤੱਕ ਰਹੇ। ਤਾਂ ਅੱਜ ਹੁਣ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਜਿਹੜਾ ਜਦੋਂ ਦਾ ਸਾਨੂੰ ਰਾਤ ਦਾ ਪਤਾ ਲੱਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ 'ਤੇ ਨਹੀਂ ਰਹੇ। ਤਾਂ ਰਾਤ ਦੇ ਹੀ ਅਸੀਂ ਬਹੁਤ ਦੁਖੀ ਹਾਂ, ਸਾਰੀ ਰਾਤ ਦੇ ਅਸੀਂ ਸੌਂ ਕੇ ਹੀ ਨਹੀਂ ਦੇਖਿਆ, ਕਿਉਂਕਿ ਸਾਡਾ ਚਾਰ ਪੀੜ੍ਹੀਆਂ ਤੋਂ ਜਿਹੜੀ ਸਾਂਝ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨਾਲ ਸਾਡੇ ਪਰਿਵਾਰ ਦੀ, ਤਾਂ ਅਸੀਂ ਕਦੇ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਪਾਸੇ ਨਹੀਂ ਹੋਏ। ਅੱਜ ਤੱਕ ਹਮੇਸ਼ਾ ਉਹਨਾਂ ਦੇ ਨਾਲ ਚੱਲਦੇ ਰਹੇ ਹਾਂ ਅਤੇ ਤੁਰਦੇ ਰਹੇ ਹਾਂ। ਅਤੇ ਰਾਤੀ ਜਦੋਂ ਦਾ ਸਾਨੂੰ ਪਤਾ ਲੱਗਿਆ ਲੰਬੀ ਹਲਕੇ ਦੇ ਵਿੱਚ ਸਾਡੇ ਸੁਬਾਹ ਅੱਜ ਅਸੀਂ ਚੁੱਲ੍ਹੇ ਦੇ ਵਿੱਚ ਅੱਗ ਨਹੀਂ ਬਾਲੀ। ਖੇਤੀ ਦਾ ਕੰਮ ਵੀ ਕਰਦੇ ਸੀ ਨਾ, ਵੀ ਲਾਸਟ ਟਿੱਕਰੀ ਕਰਦੇ ਰਹੇ। ਹਾਂਜੀ, ਖੇਤੀ ਦਾ ਕੰਮ ਇਹ ਹੈ ਜੀ, ਜਦੋਂ ਇੱਥੇ ਜਾਂਦੇ ਸੀ ਬਾਗ ਦੇ ਵਿੱਚ, ਇੱਥੇ ਪਸ਼ੂ ਰੱਖੇ ਹੋਏ ਹੈ ਸਾਰੇ, ਡੇਅਰੀ ਹੈਗੀ ਹੈ, ਗਾਈਆਂ ਹੈਗੀਆਂ, ਉੱਥੇ ਖੁਦ ਗੇੜਾ ਮਾਰਦੇ ਰਹੇ ਹੈ। ਹੁਣ ਤਾਂ ਕੁਛ ਦਿਨਾਂ ਦੇ ਚੰਡੀਗੜ੍ਹ ਚਲੇ ਗਏ ਸੀ ਪਿੱਛੇ ਜੇ 10-12 ਦਿਨਾਂ ਦੇ, ਅਤੇ ਅੱਜ ਤੋਂ 15 ਕੁ ਦਿਨ ਪਹਿਲਾਂ ਖੁਦ ਮੈਂ ਦੇਖਿਆ, ਇੱਥੋਂ ਮੈਂ ਜਾ ਰਿਹਾ ਸੀ ਬਠਿੰਡੇ ਨੂੰ ਅਤੇ ਬਾਦਲ ਸਾਹਿਬ ਜਾ ਰਹੇ ਸੀ ਡੇਅਰੀ ਵੱਲ, ਉਹਦੇ ਵੀ ਡੇਅਰੀ ਦੇ ਵਿੱਚ ਜਿਹੜਾ ਹੈਗਾ ਉਹ ਜਾ ਕੇ ਆਏ ਹੈ। ਅਤੇ ਖੁਦ ਜਿਹੜਾ ਹੈਗਾ ਖੇਤੀ ਦੇ ਨਾਲ ਨਾਲ ਸਾਰੇ ਸਹਾਇਕ ਧੰਦੇ ਵੀ ਜਿਹੜੇ ਕਰਦੇ ਸੀਗੇ ਉਹਨਾਂ ਦਾ ਵੀ ਖੁਦ ਖਿਆਲ ਰੱਖਦੇ ਸੀਗੇ।